ਜੇਕਰ ਸਾਡੇ ਬੱਚੇ ਆਈਸਕ੍ਰੀਮ ਮੰਗਦੇ ਹਨ ਤਾਂ ਅਸੀਂ ਉਹਨਾਂ ਨੂੰ ਨਹੀਂ ਲੈ ਕੇ ਦੇ ਸਕਦੇ, ਕਿਉਂਕਿ 10 ਰੁਪਏ ਦੀ ਆਈਸਕ੍ਰੀਮ 5 ਕਿਲੋ ਪਿਆਜ਼ ਦੇ ਬਰਾਬਰ ਹੈ। ਅਸੀਂ ਉਹਨਾਂ ਨੂੰ ਨਹੀਂ ਖਰੀਦ ਸਕਦੇ। ਇਹ ਦੁੱਖ ਹੈ ਪਿਆਜ਼ ਦੀ ਖੇਤੀ ਕਰਨ ਵਾਲੇ ਇੱਕ ਕਿਸਾਨ ਦਾ, ਜੋ ਆਪਣੇ ਬੱਚਿਆਂ ਦੀ ਇੱਕ ਛੋਟੀ ਜਿਹੀ ਖੁਆਇਸ਼ ਵੀ ਪੂਰੀ ਨਹੀਂ ਕਰ ਸਕਦਾ। ਪਿਆਜ਼ ਦੀ ਖੇਤੀ ਵਿੱਚ ਹੋਏ ਭਾਰੀ ਨੁਕਸਾਨ ਦੇ ਚੱਲਦੇ ਉਹਨਾਂ ਦੀ ਇਹ ਹਾਲਤ ਹੈ। ਮਹਾਰਾਸ਼ਟਰ ਦੇ ਨਾਸਿਕ ਵਿੱਚ ਪਿਆਜ਼ ਦੀ ਖੇਤੀ ਕਰਨ ਵਾਲੇ ਕਿਸਾਨ ਇੰਨੇ ਨਿਰਾਸ਼ ਹਨ ਕਿ ਉਹ ਤਿਆਰ ਪਿਆਜ਼ ਨੂੰ ਕੱਢਣ ਦੀ ਬਜਾਏ ਜਾਨਵਰਾਂ ਦੇ ਖਾਣ ਲਈ ਛੱਡ ਰਹੇ ਹਨ। ਮੇਰੇ ਕੋਲ 3.5 ਏਕੜ ਦੀ ਪਿਆਜ਼ ਦੀ ਖੇਤੀ ਹੈ ਜੋ ਪੂਰੀ ਦੀ ਪੂਰੀ ਬਰਬਾਦ ਹੋ ਗਈ। ਮੈਂ ਉਤਪਾਦਨ ਦੀ ਕੀਮਤ ਵੀ ਹਾਸਲ ਨਹੀਂ ਕਰ ਸਕਿਆ। ਬੀਜ ਦੀ ਕੀਮਤ ਹੀ 15,000 ਰੁਪਏ ਪ੍ਰਤੀ ਏਕੜ ਪੈਂਦੀ ਹੈ। ਇਸ ਤੇ ਕੀਟਨਾਸ਼ਕ ਤੇ ਖਾਦ ਦੀ ਕੀਮਤ ਵੱਖ ਹੈ। ਫਿਰ ਫਸਲ ਦੀ ਗੋਡੀ ਕਰਨਾ ਅਤੇ ਉਸਨੂੰ ਕੱਢਣ ਵਿੱਚ ਵੀ 15,000 ਰੁਪਏ ਪ੍ਰਤੀ ਏਕੜ ਲੱਗਦੇ ਨੇ। ਪਿਆਜ਼ ਤਾਂ ਸਾਨੂੰ ਰਵਾ ਰਿਹਾ। ਇਸ ਇਲਾਕੇ ਵਿੱਚ ਬਹੁਤ ਘੱਟ ਬਾਰਿਸ਼ ਹੁੰਦੀ ਹੈ ਅਤੇ ਇੱਥੇ ਸਿੰਚਾਈ ਦੀ ਸੁਵਿਧਾ ਵੀ ਘੱਟ ਹੈ। ਇਸ ਕਾਰਨ ਕਿਸਾਨ ਆਪਣੀ ਸਾਲਾਨਾ ਕਮਾਈ ਦੇ ਲਈ ਪੂਰੀ ਤਰ੍ਹਾਂ ਪਿਆਜ਼ ਦੇ ਸੀਜ਼ਨ ਉੱਤੇ ਨਿਰਭਰ ਹਨ। ਮੈਂ ਇਸ ਸਾਲ ਆਪਣੀ ਧੀ ਦਾ ਵਿਆਹ ਕਰਨ ਅਤੇ ਘਰ ਦੀ ਮੁਰੰਮਤ ਕਰਨ ਬਾਰੇ ਸੋਚ ਰਿਹਾ ਸੀ, ਪਰ ਹੁਣ ਕੁਝ ਵੀ ਨਹੀਂ ਹੁੰਦਾ ਦਿਖ ਰਿਹਾ। ਹੁਣ ਮੈਂ ਧੀ ਦਾ ਵਿਆਹ ਨਹੀਂ ਕਰ ਸਕਦਾ। ਜਿਨ੍ਹਾਂ ਨੇ ਕਰਜ਼ਾ ਦਿੱਤਾ ਉਹ ਆਪਣੇ ਪੈਸੇ ਵਾਪਸ ਮੰਗ ਰਹੇ ਨੇ। ਹੁਣ ਮੈਨੂੰ ਕਿਤੇ ਮਜ਼ਦੂਰੀ ਕਰਨੀ ਪਏਗੀ। ਸਰਕਾਰ ਆਪਣੇ ਵੱਲੋਂ ਕਿਸਾਨਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦੇ ਰਹੀ ਹੈ। ਰਾਜ ਸਰਕਾਰ ਯਾ ਸੰਦਰਭਾਤ ਸਭੇ ਉਪਾਅ ਯੋਜਨਾ ਕਰਤਾ ਹੈ। ਰਾਜ ਸਰਕਾਰ ਖਰੀਦੀ ਆਮੀ ਸ਼ੁਰੂ ਕੇਲੇਲੀ ਹੈ। ਰਾਜ ਸਰਕਾਰ ਅਤਿਰਿਕਤ ਮਦਦ ਕਰਾਇਲਾ ਦੇਖੀ ਲਈ ਅਧਿਕਾਰੀ ਤਿਆਰ ਹੈ। ਪਰ ਜ਼ਮੀਨੀ ਹਕੀਕਤ ਕੁਝ ਹੋ ਰਹੀ ਹੈ। ਐਲਾਨ ਦੇ ਇੱਕ ਹਫ਼ਤੇ ਬਾਅਦ ਵੀ ਜੋ ਕਿਸਾਨਾਂ ਨੂੰ ਰਸੀਦ ਮਿਲੀ ਹੈ ਉਹ ਦਿਖਾਉਂਦੀ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਬਣਦੀ ਕੀਮਤ ਨਹੀਂ ਮਿਲ ਰਹੀ। ਮੈਂ ਇੱਕ ਪਾਉਤੇ ਤੇ ਆਪਣ ਕੱਲ 300 ਰੁਪਏ ਕੱਲ ਕਾਂਦੇ ਵਿਕਲੀ। ਇਹਨਾਂ ਰਸੀਦਾਂ ਨੂੰ ਦੇਖੋ, ਮੈਨੂੰ 300 ਰੁਪਏ ਪ੍ਰਤੀ ਕੁਇੰਟਲ ਭਾਅ ਮਿਲਿਆ ਹੈ। ਸਰਕਾਰ ਕੋਲ ਸਾਡੇ ਲਈ ਸਮਾਂ ਨਹੀਂ, ਉਹ ਆਪਣੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਰੁੱਝੀ ਹੋਈ ਹੈ। ਜੇਕਰ ਮੇਰਾ ਬੱਚਾ 300 ਰੁਪਏ ਦੇ ਬੂਟ ਮੰਗਦਾ ਹੈ ਤਾਂ ਮੈਂ ਉਸਨੂੰ ਨਹੀਂ ਲੈ ਕੇ ਦੇ ਸਕਦਾ, ਕਿਉਂਕਿ ਮੇਰੀ ਜੇਬ ਵਿੱਚ ਪੈਸਾ ਹੀ ਨਹੀਂ ਹੈ। ਸਾਡੇ ਬੱਚੇ ਆਈਸਕ੍ਰੀਮ ਮੰਗਦੇ ਹਨ ਪਰ ਅਸੀਂ ਨਹੀਂ ਦਵਾ ਸਕਦੇ, ਕਿਉਂਕਿ 10 ਰੁਪਏ ਦੀ ਆਈਸਕ੍ਰੀਮ 5 ਕਿਲੋ ਪਿਆਜ਼ ਦੇ ਬਰਾਬਰ ਹੈ। ਅਸੀਂ ਉਸਨੂੰ ਨਹੀਂ ਖਰੀਦ ਸਕਦੇ। ਇਹ ਕਿਸਾਨ ਸਰਕਾਰ ਤੋਂ ਸਿਰਫ ਇੱਕੋ ਚੀਜ਼ ਦੀ ਮੰਗ ਕਰ ਰਹੇ ਹਨ। ਸਾਨੂੰ ਕੋਈ ਸਬਸਿਡੀ ਨਹੀਂ ਚਾਹੀਦੀ, ਸਾਨੂੰ ਰਿਲੀਫ ਪੈਕੇਜ ਜਾਂ ਕੁਝ ਹੋਰ ਨਹੀਂ ਚਾਹੀਦਾ। ਸਾਨੂੰ ਸਿਰਫ ਆਪਣੀ ਫਸਲ ਦੀ ਚੰਗੀ ਕੀਮਤ ਚਾਹੀਦੀ ਹੈ। ਚਲਾ ਯੋਗ ਬਹੁਤ ਜ਼ਿਆਦਾ।